ਲਓ ਜੀ ਜਨਾਬ ਆਹ ਹਾਲ ਹੈ ਲਾਹੌਰ ਦਾ, ਦੇਖ ਸਕਦੇ ਹੋ ਤੁਸੀਂ ਦਰਿਆ ਰਾਵੀ ਜਿਹੜੀ ਹੈ ਜੀ ਜਿਵੇਂ ਸਾਰੀ ਇੱਥੇ ਹੀ ਆ ਗਈ ਹੈ। ਤੇ ਇਹ ਤੁਹਾਡੇ ਸਾਹਮਣੇ ਹੈ ਜੀ ਲਾਹੌਰ ਦਾ ਨਜ਼ਾਰਾ, ਤੁਹਾਨੂੰ ਦਿਖਾ ਰਹੇ ਹਾਂ ਪਵਾਂ ਅਸੀਂ ਵਿੱਚ ਡੁੱਬੇ ਹੋਈਏ। ਹਾਂਜੀ ਅੱਗੇ ਮੋਟਰਸਾਈਕਲ ਸਾਡੀ 'ਚ ਪਾਣੀ ਪੈ ਗਿਆ ਜਨਾਬ, ਅਤੇ ਜਿਹੜਾ ਵਾ ਬੜੀ ਮੁਸ਼ਕਲ ਪੇਸ਼ ਆਈ ਹੈ, ਅਤੇ ਬੜਾ ਹੀ ਔਖਾ ਜਿਹੜਾ ਜੀ ਮੋਟਰਸਾਈਕਲ ਨੂੰ ਸਟਾਰਟ ਕੀਤਾ ਅਸੀਂ। ਹਾਂਜੀ ਅਤੇ ਰਾਤ ਦੀ ਬਾਰਿਸ਼ ਜਿਹੜੀ ਹੈ ਜੀ ਉਹ ਤੂਫਾਨੀ ਬਾਰਿਸ਼ ਹੋਈ ਹੈ। ਹਾਂਜੀ ਅਤੇ ਇਹ ਤੁਸੀਂ ਲਾਹੌਰ ਦੇ ਸੀਨ ਤੁਹਾਨੂੰ ਦਿਖਾ ਰਹੇ ਹਾਂ ਜਨਾਬ, ਅੱਜ ਦੀ ਵਲੋਗਿੰਗ ਇਹੀ ਹੋਏਗੀ ਕਿ ਪਾਣੀ ਦੇ ਵਿੱਚ ਡੁੱਬਿਆ ਕੰਮ ਆ ਜੀ। ਇਹ ਦੇਖ ਸਕਦੇ ਹਾਂ ਤੁਸੀਂ ਸਾਰਾ, ਇੱਥੇ ਤਾਂ ਬਿਲਕੁਲ ਹੀ ਅਖੀਰ ਹੋ ਗਈ ਹੈ ਨਾ, ਅਤੇ ਬਹੁਤ ਰਾਵੀ ਦੀਆਂ ਛੱਲਾਂ ਜਿਵੇਂ ਹੁੰਦੀਆਂ ਅਤੇ ਤਕਰੀਬਨ ਅਸੀਂ ਭਿੱਜ ਗਏ ਹਾਂ ਸਾਰਾ ਹੀ। ਹਾਂਜੀ ਬੰਦ ਨਾ ਹੋਣ ਦੇ ਪਹਿਲੇ ਗੇਟ 'ਚ ਲਿਆ, ਲਓ ਜੀ ਬੰਦ ਹੋ ਗਈ ਫਿਰ ਇੱਕ ਵਾਰੀ ਉਤਰੋ ਜੀ। ਇਹ ਹਾਲ ਹੈ ਜੀ ਸਾਰਾ ਜਨਾਬ, ਅਤੇ ਅਸੀਂ ਵੀ ਪੈਦਲ ਹੁਣ ਵਿੱਚੋਂ ਦੀ ਜਾ ਰਹੇ ਹਾਂ ਜਨਾਬ। ਹਾਂਜੀ ਬਹੁਤ ਭੈੜਾ ਹਾਲ ਹੈ, ਰਾਵੀ ਟੁੱਟੀ ਪਈ ਹੈ ਇੱਥੇ ਜਨਾਬ। ਉਹ ਸਰਦਾਰ ਜੀ ਕਿੱਧਰ ਨੂੰ ਜਾ ਰਹੇ ਹੋ? ਇਹ ਦੇਖ ਸਕਦੇ ਹਾਂ ਜਨਾਬ ਬੜੀ ਮੁਸ਼ਕਲ ਅਸੀਂ ਵੀਡੀਓ ਤਿਆਰ ਕੀਤੀ ਹੈ ਜੀ। ਇਹ ਜੀ ਐਮਯੂ ਕਾਲਜ ਦਾ ਇਲਾਕਾ ਵਾ, ਅਤੇ ਬਹੁਤ ਪਾਣੀ ਹੈ ਜੀ ਇੱਥੇ। ਲਓ ਜੀ ਜਨਾਬ ਸਾਂਧਾ ਰੋਡ 'ਤੇ ਆ ਗਏ ਹਾਂ, ਅਤੇ ਜਨਾਬ ਰਾਵੀ ਦੇ ਵਿੱਚੋਂ ਨਿਕਲ ਕੇ ਬੜਾ ਹੀ ਮੁਸ਼ਕਲ, ਜਿਹਦੇ 'ਚ ਕਿ ਮੋਟਰਸਾਈਕਲ ਵੀ ਸਾਡੀ ਕਿੰਨੀ ਵਾਰੀ ਬੰਦ ਹੋਈ ਹੈ। ਹਾਂਜੀ ਇਹ ਸ਼ੁਕਰ ਆ ਵੀ ਸਟਾਰਟ ਹੋ ਗਈ ਹੈ। ਇਹ ਲਾਹੌਰ ਦਾ ਹਾਲ ਆ ਜਨਾਬ, ਅਤੇ ਬਾਕੀ ਦੀ ਤਾਂ ਸ਼ਹਿਰਾਂ ਦੀ ਫਿਰ ਤੁਸੀਂ ਆਪੇ ਹਿਸਾਬ ਦੇਖ ਲਓ। ਹਾਂਜੀ ਲਾਹੌਰ ਦਾ ਇਹ ਹਿਸਾਬ ਆ ਜੀ, ਬਹੁਤ ਬਾਰਿਸ਼ ਹੋਈ ਹੈ ਜੀ ਜਨਾਬ, ਅਤੇ ਤੂਫਾਨੀ ਬਾਰਿਸ਼ ਰਾਤ ਦੀ ਹੋਈ ਹੈ ਜੀ, ਅਤੇ ਹਜੇ ਵੀ ਜਿਹੜਾ ਜੀ ਕਈ ਇਲਾਕਿਆਂ 'ਚ ਬਾਰਿਸ਼ ਹੋ ਰਹੀ ਹੈ, ਤਾਂ ਮੌਸਮ ਹਜੇ ਵੀ ਖਰਾਬ ਹੈ। ਬਦਲਾਂ ਦਾ ਦਿਖਾ ਰਹੇ ਹਾਂ ਜਨਾਬ, ਹਰਾ ਭਰਾ ਦਰਖਤ ਜਿਹੜੇ ਆ ਜੀ ਹਰੇ ਭਰੇ ਹੋ ਗਏ ਲਹਿਲਹਾਉਂਦੇ ਹੋਏ, ਅਤੇ ਬਹੁਤ ਮੌਸਮ ਦਾ ਪਿਆਰਾ ਹੋ ਗਿਆ ਜੀ, ਗਰਮੀ ਦੀ ਸ਼ਿੱਦਤ ਜਿਹੜੀ ਹੈ ਉਹ ਬਿਲਕੁਲ ਖਤਮ ਹੋ ਗਈ ਹੈ ਜਨਾਬ, ਅਤੇ ਹੁਣ ਮੌਸਮ ਤਾਂ ਬਹੁਤ ਹੀ ਪਿਆਰਾ ਵਾ, ਲੇਕਿਨ ਬਾਰਿਸ਼ ਜਿਹੜੀ ਹੈ ਜੀ ਲਾਹੌਰ ਕਿਉਂਕਿ ਕਈ ਇਲਾਕਿਆਂ ਦੇ ਵਿੱਚ ਪਾਣੀ ਇੰਨਾ ਖੜਾ ਵਾ ਸੜਕਾਂ ਦੇ ਉੱਤੇ ਕਿ ਜਿਵੇਂ ਜਨਾਬ ਉਹਦੇ ਵਿੱਚ ਮੇਰਾ ਤਾਂ ਖਿਆਲ ਆ ਵਸੀਮ ਸਾਹਿਬ ਕਸ਼ਤੀ ਚਲਾ ਸਕਦੇ ਸੀ, ਕਿਉਂਕਿ ਜਨਾਬ ਮੇਰਾ ਅਸੀਂ ਬੰਦ ਜਾ ਰਹੇ ਸੀ ਆ ਪੀ ਆਈ ਏ ਦਾ ਜਹਾਜ਼ ਜੀ ਖੜਾ ਵਾ, ਅੱਲਾ ਦੀ ਮਿਹਰਬਾਨੀ ਨਾਲ ਵਰਿਆਂ ਤੋਂ ਤਾਂ ਖੜਾ ਹੀ ਹੈ ਜੀ। ਹਾਂਜੀ ਇਹਦੇ ਵਿੱਚ ਮਤਲਬ ਜਿਹੜੇ ਸ਼ੌਕ ਪੂਰਾ ਕਰਨੇ, ਲਓ ਜੀ ਆ ਰਾਵੀ ਦਾ ਏਰੀਆ ਫਿਰ ਆ ਗਿਆ ਵਾ ਜੀ। ਹਾਂਜੀ ਇਹ ਦੇਖ ਸਕਦੇ ਹਾਂ ਤੁਸੀਂ ਜਨਾਬ, ਅਤੇ ਇੱਥੇ ਵੀ ਬਹੁਤ ਜਿਹੜਾ ਜੀ ਪਾਣੀ ਹੈ ਅਤੇ ਉੱਥੋਂ ਦੀ ਸ਼ਿੱਦਤ ਨਾਲ ਭਰਤਾ ਜਨਾਬ। ਹਾਂਜੀ ਅਤੇ ਇਹ ਲਾਹੌਰ ਦਾ ਹਾਲ ਆ ਜਨਾਬ, ਅਤੇ ਬਾਰਿਸ਼ ਜਿਹੜੀ ਆ ਜ਼ਰੂਰੀ ਦੀ ਗੱਲ ਹੈ ਕਿ ਛੋਟੇ ਇਲਾਕਿਆਂ ਦੇ ਵਿੱਚ ਜਿਹੜਾ ਜੀ ਆਊਟ ਆਫ ਕੰਟਰੋਲ ਹੁੰਦੀ ਹੈ ਬਾਰਿਸ਼, ਲਾਹੌਰ ਦੇ ਵਿੱਚ ਵੀ ਇਸ ਟਾਈਮ ਆਊਟ ਆਫ ਕੰਟਰੋਲ ਹੋਈ ਫਿਰਦੀ ਹੈ ਜੀ, ਹਾਲਾਤ ਪੂਰਾ ਲਾਹੌਰ ਡੁੱਬਿਆ ਪਿਆ ਜਨਾਬ। ਹਾਂਜੀ ਜਿਹੜੇ ਪਾਸੇ ਜਾਓ ਅਤੇ ਰਾਵੀ ਦਾ ਸੀਨ ਜਿਹੜਾ ਜੀ ਉਹ ਹੀ ਨਜ਼ਰ ਆਉਂਦਾ ਜੀ। ਹਾਂਜੀ
ਅਤੇ ਬੜੀ ਮੁਸ਼ਕਲ, ਅੱਜ ਸਾਨੂੰ ਵੀ ਕੋਈ ਜ਼ਰੂਰੀ ਕੰਮ ਸੀਗੇ ਜਨਾਬ, ਸਾਨੂੰ ਆਉਣਾ ਪਿਆ ਵਾ, ਅਤੇ ਇਸ ਕਰਕੇ ਵਰਨਾ ਜਿਹੜਾ ਅੱਜ ਰੋਡ 'ਤੇ ਜਾਣ ਦੇ ਲਾਇਕ ਨਹੀਂ ਸਾਬ, ਕਿਉਂਕਿ ਖੁਦਾ ਨਾ ਖਾਸਤਾ ਕਈ ਹਾਦਸੇ ਹੋਣ ਦਾ ਖਤਰਾ ਹੁੰਦਾ ਵਾ, ਕੋਈ ਗਟਰਾਂ ਦੇ ਢੱਕਣ ਖੁੱਲ੍ਹੇ ਹੋ ਸਕਦੇ ਆ, ਕੋਈ ਕੁਛ ਆ, ਲੇਕਿਨ ਸ਼ੁਕਰ ਆ ਇੱਕ ਅਕਲਮੰਦੀ ਕੀਤੀ ਹੈ ਕਿ ਜਿਹੜੇ ਢੱਕਣੇ ਖੁੱਲ੍ਹੇ ਆ ਜੀ ਉਹਨਾਂ ਦੇ ਵਿੱਚ ਜਿਹੜੇ ਆ ਜੀ ਕੋਈ ਚਪੁਰਜੀ ਦਾ ਹਾਲ ਆ ਜਨਾਬ, ਹਾਂਜੀ ਤੁਸੀਂ ਦੇਖ ਸਕਦੇ ਹੋ, ਅਤੇ ਚਪੁਰਜੀ ਵੀ ਤੁਹਾਨੂੰ ਦਿਖਾਉਂਦੇ ਹਾਂ ਜੀ ਜਨਾਬ, ਹਾਂਜੀ ਅਤੇ ਪਾਣੀ ਬਹੁਤ ਹੀ ਪਾਣੀ ਪਾਣੀ ਆ ਜੀ, ਲਾਹੌਰ ਹੋ ਗਿਆ ਜੀ, ਜਲ ਥਲ ਹੋਈ ਪਈ ਹੈ, ਹਾਂਜੀ ਅਤੇ ਇਹ ਚਪੁਰਜੀ ਹੈ ਜੀ, ਇਹ ਦੇਖ ਦਿਖਾ ਰਹੇ ਹਾਂ ਤੁਹਾਨੂੰ, ਹਾਂਜੀ ਮਾਸ਼ਾਅੱਲਾ ਕੋਸ਼ਿਸ਼ ਕੀਤੀ ਹੈ ਜੀ ਅਸੀਂ ਚੰਗੇ ਤੋਂ ਚੰਗਾ ਵਲੌਗ ਆਪਣਾ ਜਿਹੜਾ ਜੀ ਇਹ ਤਿਆਰ ਕਰੀਏ, ਅਤੇ ਉੱਤਰ ਤੇ ਬੜੀ ਆ ਰਹੀ ਹੈ ਜਨਾਬ, ਹਾਂਜੀ ਇਹ ਚਪੁਰਜੀ ਹੈ ਦੇਖ ਸਕਦੇ ਹਾਂ ਤੁਸੀਂ, ਹਾਂਜੀ ਅਤੇ ਫੋਰੈਸਟ ਨੇ ਕਹਿ ਸਨੈਪ ਕਰ ਦਿੱਤਾ ਜੀ, ਲਾਹੌਰ ਸਾਰਾ ਹੀ ਤਕਰੀਬਨ ਜਲ ਥਲ ਹੋ ਗਈ ਹੈ ਜੀ ਫੋਰੈਸਟ ਦੇ ਨਾਲ, ਹਾਂਜੀ ਇਹ ਰੇਹੜੀਆਂ ਵਾਲੇ ਜਿਹੜੇ ਆ ਜੀ ਆਪਣਾ ਫਲ ਫਰੂਟ ਲਾਈ ਬੈਠੇ ਆ ਜਨਾਬ, ਰੋਜ਼ੀ ਵੀ ਤਾਂ ਕਮਾਉਣੀ ਹੁੰਦੀ ਹੈ ਜੀ, ਬਹੁਤ ਸ਼ੁਕਰੀਆ ਜੀ ਇੱਥੇ ਤੱਕ ਅਸੀਂ ਤੁਹਾਨੂੰ ਬੜਾ ਮੁਸਾ ਦਿਖਾਇਆ ਜੀ, ਇਨਸ਼ਾਅੱਲਾ ਫਿਰ ਇਹ ਮਿਲਾਂਗੇ ਜੀ, ਉਦੋਂ ਤੱਕ ਜਾਣਾ ਚਾਹੁੰਦੇ ਹਾਂ ਜੀ, ਅੱਲਾ ਹਾਫਿਜ਼।